5 ਸਾਲ ਦਾ ਰੈਵਲੂਸ਼ਨ ਆ ਕਿ ਮੈਂ ਕੋਈ ਵੀ ਪੂਰਾ 1 ਸਾਲ ਕੱਪੜਾ ਨਹੀਂ ਬਾਇ ਕਰਨਾ ਅੱਜ ਵੀ ਉਹ ਕੱਪੜੇ ਪਏ ਨੇ ਜਿਹੜੇ 2008 ਚ ਆਸਟ੍ਰੇਲੀਆ ਤੋਂ ਲੈ ਕੇ ਆਏ ਸੀ ਵਿਆਹ ਵਾਲਾ ਸੂਟ ਅੱਜ ਵੀ ਪਹਿਣਾ ਇੱਕ ਦਿਨ ਵਿਆਹ ਵਾਲੇ ਤੇ ਨਹੀਂ ਪਾਇਆ ਮੁੜ ਕੇ ਕਦੇ ਵੀ ਨਹੀਂ ਪਾਇਆ ਕੋਈ ਸੇਲ ਸੂਲ ਨਹੀਂ ਲੱਗੀ ਹੁੰਦੀ ਜਿੰਨੇ ਵੀ ਮਾਰਕੀਟ ਕਰਨ ਵਾਲੇ ਨੇ ਟੈਕਟ ਹੁੰਦੇ ਨੇ ਹੁਣ ਮੰਨ ਲਓ 50000 ਦੀ ਚੀਜ਼ 40000 ਚ ਲੱਗੀ ਆ ਤੁਹਾਨੂੰ ਇਹ ਮਜਬੂਰ ਕਰਦੇ ਨੇ ਬਾਇ ਕਰਨ ਤੇ ਵੀ 10000 ਤੂੰ ਬਚਾ ਰਹਿਆ ਅਸਲ ਚ ਤੂੰ 10000 ਬਚਾ ਕੇ ਨਹੀਂ ਐਸ ਤੂੰ 40000 ਖਰਚ ਕੇ ਆਇਆਂਗਾ ਸੇਲ ਦੇ ਨਾਂ ਤੇ ਇਕ ਕੁਝ ਦੇ ਕਾਹ ਉਹਦੇ ਪੈਸੇ ਬਚਾਉਣ ਦਾ ਜਿਹੜਾ ਹਜ਼ਾਰ ਵਾਲਾ ਨੋਟ ਆ ਉਹਨੂੰ ਦੂਰਾ ਕਰਕੇ ਆਪਦੇ ਬੋਟੂਏ ਚ ਪਾ ਲਓ ਪੈਸੇ ਬਚ ਗਏ ਆਮ ਬੰਦੇ ਜਿਹੜੇ ਮੇਰੇ ਵਰਗੇ ਅਮੀਰ ਲੱਗਣ ਦੇ ਚੱਕਰ ਚ ਕਦੇ ਵੀ ਧਣੀ ਨਹੀਂ ਹੋ ਸਕਦਾ ਅਮੀਰ ਲੱਗਣਾ ਤੇ ਧਣੀ ਹੋਣਾ ਦੋ ਅੱਧ ਚੀਜ਼ਾਂ ਨੇ ਠੀਕ ਆ ਮੈਂ ਸਮਝਦਾ ਕਿ ਕਈ ਵਾਰ ਤੁਹਾਨੂੰ ਸਮਾਜ ਚ ਦਿਖਾਉਣਾ ਹੀ ਪੈਂਦਾ ਪਰ ਕਿੰਨਾ ਤੁਸੀਂ 10% ਦਿਖਾ ਲਿਆ 20% ਦਿਖਾ ਲਿਆ 100 ਦਾ 100% ਆਪਣੀ ਲਾਈਫ ਇਸ ਗੱਲ ਤੇ ਬੇ ਸਕੇ ਦੂਜਾ ਕਿਵੇਂ ਖੁਸ਼ ਹੋਵੇ ਹੁਣ ਤੁਸੀਂ ਵੱਡੀ ਗੱਡੀ ਲਿਆਂਦੀ ਦੂਜਾ ਉਹ ਤੋਂ ਵੱਡੀ ਗੱਡੀ ਲੈ ਆਉਂਦਾ ਇਹਦਾ ਮੁਕਾਬਲਾ ਕਦੇ ਮੁੱਕਦਾ ਹੀ ਨਹੀਂ ਜਿਵੇਂ ਨਿਸ਼ਚੇ ਨੇ ਕਿਹਾ ਸੀ ਦਾ ਅਦਰ ਇਜ਼ ਹੈਲ ਜਦੋਂ ਮੁਕਾਬਲਾ ਆ ਜਾਂਦਾ ਜਦੋਂ ਕੰਪੈਰੀਜ਼ਨ ਆ ਜਾਂਦਾ ਉਹ ਦੋ ਨਰਕ ਸ਼ੁਰੂ ਹੁੰਦਾ ਅਸਲ ਚ ਮੁਕਾਬਲਾ ਆਪਣੇ ਆਪ ਨਾਲ ਹੋਣਾ ਚਾਹੀਦਾ ਨਾ ਕਿ ਕਿਸੇ ਹੋਰ ਨਾਲ ਮੈਂ ਕੱਲ ਕੀ ਸੀ ਅੱਜ ਕੀ ਆ ਆਮ ਬੰਦੇ ਦੀ ਇਨਕਮ ਵੱਧਦੀ ਆ ਉਹ ਨਾਲ ਦੀ ਨਾਲ ਖਰਚਾ ਵਧਾ ਲੈਂਦਾ ਕਦੇ ਵੀ ਧਨ ਨਹੀਂ ਕਮਾ ਪਾਉਂਦਾ ਤੇ ਜਿਹੜਾ ਬੰਦਾ ਧਨੀ ਨਹੀਂ ਹੈਗਾ ਉਹਦੀ ਵੀ ਵਾਲੀ ਪੁੱਛ ਪੜਤਾਲ ਨਹੀਂ ਹੁੰਦੀ ਸਮਾਜ 'ਚ ਇੰਨੀਆਂ ਕੰਪਨੀਆਂ ਦੇ ਕਪੜੇ ਬਾਏ ਕਰਨ ਨਾਲੋਂ ਨਾਈਕੀ ਰੀਬਾਕ ਆਈਡਾਸ ਇਹਨਾਂ ਦੇ ਸ਼ੇਅਰ ਬਾਏ ਕੀਤੇ ਜਾਣਗੇ ਜਿਹੜੇ ਕਹਾਂ ਜਾ ਕੇ ਕੋਈ ਬਦਨਗੇ ਵੀ ਧਣੀ ਬਣਾਉਣ ਚ ਹੈਲਪ ਕਰਨਗੇ ਤੁਸੀਂ ਘਰ ਵੱਡਾ ਲੈ ਲਿਆ ਤੁਸੀਂ ਗੱਡੀ ਸਹਣੀ ਸਹਣੀ ਲੈ ਲਓ ਤੁਸੀਂ ਗੱਡੀ ਵੱਡੀ ਲੈ ਲਈ ਘਰ ਸਹਾਂ ਦਾ ਸਹਾਂ ਦਾ ਲੈ ਲਓ ਫਿਰ ਬਾਅਦ ਜਿੰਦੇ ਕੰਪਲੀਟ ਕਰਦੇ ਆ ਕਿ ਯਾਰ ਇੰਨਾ ਕੰਮ ਕਰਨਾ ਪੈਂਦਾ ਇੰਨੇ ਖਰਚੇ ਨੇ ਖਰਚੇ ਆਪ ਵਧਾਏ ਹੋਏ ਨੇ ਜਿਹੜਾ ਤੁਸੀਂ ਪੈਸਾ ਬਚਾਇਆ ਉਹ ਤੂੰ ਹੀ ਪੈਸਾ ਕਮਾਇਆ ਅਸਲ ਵਿੱਚ ਕੁਕਰੀ ਮਾਰਨ ਤੇ ਨਹੀਂ ਗਰੀਬੀ ਮਕਾਉਣ ਤੇ ਜੋੜਦੇ ਗਰੀਬੀ ਤੋਂ ਵੱਡੀ ਇਸ ਦੁਨੀਆ ਤੋਂ ਕੋਈ ਲਾਂਤ ਨਹੀਂ ਹੈਗੀ ਬਾਕੀ ਹਰ ਚੀਜ਼ ਦੇ 100 ਹੱਲ ਪਏ ਨੇ ਗਰੀਬੀ ਦਾ ਇੱਕੋ ਹੱਲਾ ਤਣੀ ਹੋਣਾ